ਚੂਹੀਆਂ ਦੇ ਨਾਲ ਅਸੀਂ ਰੱਖਦੇ ਹਾਂ ਦਰਦ ਦਿਲ, ਜਿਹੜੇ ਅਸਲ ਚੂਹੇ ਆ ਉਹਨਾਂ ਦੇ ਨਾਮ ਰੱਖਦਾ ਦੁਸ਼ਮਣੀ ਦਿਲ। ਬਸ ਇਹੀ ਕਹਿ ਲਓ ਮੈਂ ਗਿਆ ਤੇ ਚੂਹੀ ਪਸੰਦ ਆ ਗਈ, ਮੈਂ ਜੇਬ ਵਿੱਚ ਪਾ ਲਿਆ ਨਾਲ, ਮੈਂ ਕਿਹਾ ਆ ਜਾ। ਹਾਂਜੀ ਅਸੀਂ ਦੋਵੇਂ ਮਿਲ ਪਏ, ਕੱਲੇ ਦਿਲ ਵੀ ਹੋਇਆ ਉੱਥੇ ਥੱਲੇ ਅੱਗਾਂ ਲੱਗੀ। ਕਿਉਂ ਮੈਂ ਬੰਦਰ ਖੁਸਰਾ ਸਮਝ ਲਿਆ ਇਸਤਾ ਜੀ ਜਾਨ, ਮੇਰੀ ਜਾਨ ਅਗਲੇ ਮਹੀਨੇ ਕੀ 25-26-27 ਤਰੀਕ ਕੋ ਮੇਰੀ ਮਹਿੰਦੀ ਬਰਾਤ ਵਲੀਮਾ ਹੈ। ਰੁਕੋ ਜਰਾ, ਸਬਰ ਕਰੋ। ਨਹੀਂ ਕਦੇ ਜ਼ਿੰਦਗੀ ਨਹੀਂ ਹੋਇਆ, ਜਿੱਦਣ ਕਦੇ ਹੋਇਆ ਨਾ ਮੁਕਾਬਲਾ ਤੇ ਮੈਂ ਚੱਕ ਚੱਕ ਕੇ ਮਾਰਾਂਗਾ ਉਹਨਾਂ ਕੰਧਾਂ ਦੇ। ਸਕੂਨ ਦੇ ਨਾਲ ਕੈਮੀਕਲ ਸਪੈਸ਼ਲ ਇੰਟਰਨੈਸ਼ਨਲ ਤਿਆਰ ਕੀਤਾ, ਕੈਮੀਕਲ ਸੁੱਟਦਾ, ਸੁੱਟ ਕੇ ਚੂਹੇ 10 ਮਿੰਟਾਂ ਦੇ ਅੰਦਰ ਅੰਦਰ ਮਰ ਜਾਂਦੇ। ਨਹੀਂ ਨਹੀਂ ਰਾਤ ਨੀ ਉਸਤਾਦ ਜੀ, ਫਿਕਸ ਰੇਟ 100 ਰੁਪਏ ਜੀ, 10,000 ਦੀ ਦਿਹਾੜੀ ਲੱਗ ਜਾਂਦੀ, ਥੋੜੀ ਹੈ ਚੂਹਿਆਂ ਦੀ। ਨਹੀਂ ਇਹ ਕੋਈ ਪਤਾ ਨੀ ਹੈ ਕਿ ਚੂਹੇ ਨੂੰ ਕਿਸੇ ਚੂਹੇ ਨੇ ਲਵ ਸਟੋਰੀ ਸ਼ੁਰੂ ਹੋ ਜਾਵੇ। ਭਾਬੀ ਮੇਰੇ ਆਜ਼ਮਾ ਬਾਦ ਦੀ ਹੈ, ਮਾਮੂ ਦੀ ਬੇਟੀ। ਤੁਸੀਂ ਇੱਜ਼ਤ ਨਾ ਝੋਲੀ ਚ ਪਾ ਪੂ ਕੇ ਨਾ ਤੇ ਜੇਬਾਂ ਜੁਬਾਂ ਚ ਪਾ ਲਓ, ਇਹ ਦੁਸ਼ਮਣ ਹੈਗੇ ਨੇ, ਲੋਕ ਜ਼ਾਲਮ ਹੈਗੇ ਨੇ। ਅੱਛਾ ਉਸਤਾਦ ਜੀ ਆਖਰੀ ਗੱਲ ਹੈਗੀ ਹੈ, ਲੋਕਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਉਸਤਾਦ ਚੂਹੇ ਵਾਲੇ ਨੂੰ ਅੱਲਾ ਨੇ ਇੱਜ਼ਤ ਦਿੱਤੀ ਹੈ ਤੇ ਉਹ ਹੁਣ ਬੰਦੇ ਨੂੰ ਬੰਦਾ ਨਹੀਂ ਸਮਝ ਰਿਹਾ। ਕਿਉਂ ਮੈਂ ਬੰਦੇ ਨੂੰ ਖੁਸਰਾ ਸਮਝ ਰਿਹਾ ਉਸਤਾਦ ਜੀ? ਰੁਕੋ ਜਰਾ, ਸਬਰ ਕਰੋ। ਮੈਂ ਇਹੀ ਤੇ ਪੁੱਛ ਰਿਹਾ ਕੀ ਸਮਝ ਰਹੇ ਹੋ ਤੁਸੀਂ? ਮੈਂ ਬੰਦੇ ਨੂੰ ਜਨਾਨਾ ਸਮਝ ਰਿਹਾ। ਬੰਦੇ ਨੂੰ ਇੱਜ਼ਤ ਨਹੀਂ ਦੇ ਰਹੇ ਹੋ ਅੱਜ ਕੱਲ ਸੁਣਿਆ, ਇਹ ਇਲਜ਼ਾਮ ਹੈ ਤੁਹਾਡੇ ਤੇ ਮੁਖਾਲਫਾਂ ਦਾ। ਮੈਂ ਉਸਤਾਦ ਜੀ ਜਿੱਦਾਂ ਪਹਿਲੇ ਸੀ ਨਾ, ਮੈਂ ਓਦਾਂ ਹੀ ਹੈ ਜਿੱਦਾਂ ਮੈਂ ਪਹਿਲੇ ਬੱਚਿਆਂ ਦੇ ਨਾਲ ਮੁਹੱਲੇ ਚ ਖੇਡਦਾ ਰਿਹਾ, ਅੱਗ ਲਾ ਕੇ ਬਾਹਰ ਛੇਕ ਕੇ ਜਾਣੀ ਹੈ, ਹੁਣ ਵੀ ਮੇਰੇ ਮਿਜ਼ਾਜ ਏਦਾਂ ਹੀ ਹੈ ਮੈਂ। ਅੱਛਾ ਫਰਕ ਦੇ ਵਿੱਚ ਹੈ, ਸ਼ੁਕਰ ਫਰਕ ਨਹੀਂ, ਗਰੂਰ ਤਕਬਰ ਨਹੀਂ ਆਇਆ। ਨਹੀਂ ਮੈਂ ਲਿਆਉਣਾ ਉਹਨੇ ਚਾਹੁੰਦਾ, ਗਰੂਰ ਦਾ ਸਰ ਨੀਚਾ ਹੁੰਦਾ ਹੈ। ਓਕੇ ਤੋ ਆਪਣੇ ਚਾਹਣ ਵਾਲਿਆਂ ਨੂੰ ਕੀ ਕਹੋਗੇ ਜਿਹੜੇ ਕਰੋੜਾਂ ਦੀ ਤਾਦਾਦ ਚ ਹੋ ਗਏ ਨੇ ਬਗੈਰ ਸੋਚੇ ਸਮਝੇ? ਅੱਲਾ ਪਾਕ ਇਹਨਾਂ ਨੂੰ ਇੱਜ਼ਤ ਦੇਵੇ ਤੇ ਮੇਰੇ ਨਾਲ ਜਿਹਨੇ ਰਾਬਤਾ ਕਰਨਾ ਹੈ ਪਿਆਰ ਮੁਹੱਬਤ ਨਾਲ ਵਟਸਐਪ ਤੇ ਮੈਸੇਜ ਕਰਨ, ਮੈਂ ਸੁਣ ਕੇ ਰਿਪਲਾਈ ਦੇ ਦੇਵਾਂਗਾ, ਕਿਉਂਕਿ ਗਲਤ ਕਮੈਂਟ ਵੀ ਕਰਦੇ ਨੇ ਵਟਸਐਪ ਜੇ ਇਹਨਾਂ ਨੂੰ ਬਾਤ ਕਰਾਓ, ਉਹਨਾਂ ਨੂੰ ਬਲਾਕ ਕਰੀ ਜਾਵਾਂਗਾ ਨਾਲ ਦੇ ਨਾਲ। ਓਕੇ ਤੇ ਇਹ ਮੈਨੂੰ ਦੱਸੋ ਕਿ ਤੁਸੀਂ ਕਿੰਨੀ ਉਮਰ ਰੱਖਦੇ ਹੋ ਇਸ ਟਾਈਮ, ਕਿੰਨੀ ਉਮਰ ਹੋ ਗਈ? ਮੇਰੀ ਤਕਰੀਬਨ 18 ਸਾਲ ਹੋ ਗਈ ਹੈ। ਸ਼ਾਦੀ ਦੇ ਕਾਬਲ ਹੋ ਗਏ ਹੋ? ਹਾਂ ਕਰਾਉਣੀ ਹੈ। ਯਾਰ ਮੈਂ ਤੇ ਨਹੀਂ ਕਰਾਣੀ, ਤੁਹਾਡੇ ਮਾਂ ਪਿਓ ਨੇ ਕਰਾਣੀ ਹੈ ਨਾ, ਮੈਂ ਤੇ ਵੈਸੇ ਪੁੱਛ ਰਿਹਾ ਕਿ ਉਮਰ ਸ਼ਾਦੀ ਵਾਲੀ ਪੂਰੀ ਹੋ ਗਈ ਹੈ? ਜਾਨ ਮੇਰੀ ਜਾਨ ਅਗਲੇ ਮਹੀਨੇ ਕੀ 25-26-27 ਤਰੀਕ ਕੋ ਮੇਰੀ ਮਹਿੰਦੀ ਬਰਾਤ ਵਲੀਮਾ ਹੈ। ਸੁਭਾਨ ਅੱਲਾ ਸੁਭਾਨ ਅੱਲਾ। ਤੇ ਇਹ ਆਪਣਾ ਕੋਈ ਚੂਹੀ ਤਾਂ ਨਹੀਂ ਪਸੰਦ ਕਰ ਲਿੱਤੀ? ਬਸ ਇਹੀ ਕਹਿ ਲਓ ਮੈਂ ਗਿਆ ਤੇ ਚੂਹੀ ਪਸੰਦ ਆ ਗਈ, ਮੈਂ ਜੇਬ ਵਿੱਚ ਪਾ ਲਿਆ ਨਾਲ, ਮੈਂ ਕਿਹਾ ਆ ਜਾ। ਉਹਦੇ ਨਾਲ ਹੀ ਕਰਨੀ ਹੈ? ਹਾਂਜੀ ਅਸੀਂ ਦੋਵੇਂ ਮਿਲ ਪਏ, ਕੱਲੇ ਦਿਲ ਵੀ ਹੋਇਆ ਉੱਥੇ ਥੱਲੇ ਅੱਗਾਂ ਲੱਗੀਆਂ। ਓਏ ਇਹਦਾ ਮਤਲਬ ਵਾਕਈ ਤੁਹਾਡਾ ਚੂਹਿਆਂ ਨਾਲ ਇਸ਼ਕ ਹੈ? ਇਹ ਚੂਹੀਆਂ ਨਾਲ ਇਸ਼ਕ ਹੈ ਕਿ ਚੂਹਿਆਂ ਨਾਲ ਇਸ਼ਕ ਹੈ? ਚੂਹੀਆਂ ਦੇ ਨਾਲ ਅਸੀਂ ਰੱਖਦੇ ਹਾਂ ਦਰਦ ਦਿਲ। ਹਾਏ ਹਾਏ ਹਾਏ। ਅੱਛਾ ਫੇਰ ਤੇ ਚੂਹਿਆਂ ਨਾਲ ਅਸਲੀ ਚੂਹੇ ਜਿਹੜੇ ਆਪਣਾ ਮਰਦ ਜਿਹੜੇ ਅਸਲੀ ਚੂਹੇ ਆ ਉਹਨਾਂ ਦੇ ਨਾਲ ਰੱਖਦਾ ਦੁਸ਼ਮਣੀ ਦਿਲ। ਅੱਛਾ ਉਸਤਾਦ ਜੀ ਕਦੀ ਇੰਜ ਹੋਇਆ ਕਿ 40-50 ਚੂਹੇ ਇਕੱਠੇ ਹੋਵਣ ਤੇ ਤੁਹਾਨੂੰ ਦੱਤੋਂ ਪੈ ਗਿਆ ਹੋਵਣ? ਨਹੀਂ ਕਦੀ ਜ਼ਿੰਦਗੀ ਨਹੀਂ ਹੋਇਆ, ਜਿੱਦਣ ਕਦੀ ਹੋਇਆ ਨਾ ਮੁਕਾਬਲਾ ਤੇ ਮੈਂ ਚੱਕ ਚੱਕ ਕੇ ਮਾਰਾਂਗਾ ਉਹਨਾਂ ਕੰਧਾਂ ਦੇ। ਕਦੀ ਕਦੀ ਡਰ ਕੇ ਨਸੇ ਹੋਵੇ ਕਿ ਚੂਹੇ ਜ਼ਿਆਦਾ ਨੇ, ਤੁਸੀਂ ਛੋਟੇ ਹੋ ਤੇ ਇਕੱਲੇ ਰਹਿ ਗਏ ਹੋ? ਕਦੀ ਵੀ ਨਹੀਂ, ਕਦੀ ਵੀ ਨਹੀਂ, ਕਦੀ ਵੀ ਨਹੀਂ। ਅੱਲਾ ਪਾਕ ਨੇ ਇਹ ਨਹੀਂ ਹੋਣ ਦਿੱਤੀ ਮੁਹਲਤ ਨਾ, ਅੱਲਾ ਪਾਕ ਹੋਣ ਦੇਵੇ, ਟੈਨਸ਼ਨ ਨਾ ਲਓ। ਚਲੋ ਉਸਤਾਦ ਜੀ ਤੁਸੀਂ ਚੂੰਕਿ ਬੜੇ ਮਸਰੂਫ ਹੋ ਤੇ ਅਸੀਂ ਤੁਹਾਡਾ ਮਜ਼ੀਦ ਟਾਈਮ ਨਹੀਂ ਲਵਾਂਗੇ, ਤੇ ਅੱਲਾ ਤੁਹਾਨੂੰ ਹੋਰ ਇੱਜ਼ਤ ਦੇਵੇ। ਤੇ ਹਾਂ ਤੇ ਜਿਹੜੇ ਤੁਹਾਨੂੰ ਕਹਿੰਦੇ ਨੇ ਕਿ ਇਹ ਬਿਲਕੁਲ ਫਰੌਡ ਕਰਦੇ ਨੇ, ਇਹਨਾਂ ਨੂੰ ਚੂਹਾ ਚੂਹਾ ਨਹੀਂ ਫੜਨਾ ਆਉਂਦਾ, ਇਹ ਸਿਰਫ ਔਰ ਸਿਰਫ ਆਪਣਾ ਐਪ ਪਹੰਡ ਕਰਕੇ ਤੇ ਆਪਣੇ ਆਪ ਨੂੰ ਸਟੈਬਲਿਸ਼ ਕਰ ਰਹੇ ਨੇ, ਉਹਨਾਂ ਨੂੰ ਜਿਹੜੇ ਜੈਲਸ ਹੁੰਦੇ ਨੇ, ਜਿਹੜੇ ਤੁਹਾਡੇ ਤੋਂ ਨਫ਼ਰਤ ਕਰਦੇ ਨੇ, ਉਹਨਾਂ ਨੂੰ ਕੀ ਕਹੋਗੇ? ਮੈਂ ਇਹ ਕਹਾਂਗਾ ਮੈਂ ਪੈਸੇ ਕਦੇ ਡਮਾਸ ਲਏ ਨੀ, ਮੈਂ ਪਹਿਲੇ ਘਰ ਜਾਂਦੇ ਅਗਲੇ ਬੰਦੇ ਦੇ, ਅਗਲੇ ਬੰਦੇ ਦੇ ਘਰ ਜਾ ਕੇ ਮੈਂ ਸਕੂਨ ਦੇ ਨਾਲ ਕੈਮੀਕਲ ਸਪੈਸ਼ਲ ਇੰਟਰਨੈਸ਼ਨਲ ਤਿਆਰ ਕੀਤਾ ਹੈ, ਕੈਮੀਕਲ ਸੁੱਟਦਾ, ਸੁੱਟ ਕੇ ਚੂਹੇ 10 ਮਿੰਟਾਂ ਦੇ ਅੰਦਰ ਅੰਦਰ ਮਰ ਜਾਂਦੇ ਨੇ, ਮਰੇ ਹੋਏ ਚੂਹੇ ਮੈਂ ਬੋਰੇ ਵਿੱਚ ਪਾ ਕੇ ਰੂੜੀ ਤੇ ਸੁੱਟ ਦਿੰਦਾ ਹੈ। ਉਹ ਇੱਕ 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 ਜਗ੍ਹਾ ਤੇ ਦੇਖਿਆ ਸੀ ਕਿ ਤੁਸੀਂ ਫਸਲਾਂ ਦੇ ਵਿੱਚ ਚੂਹਾ ਲੱਭ ਰਹੇ ਸੀ, ਉਹ ਕੀ ਸੀਨ ਸੀ? ਕਿੱਥੇ ਉਹ ਉੱਪਰ? ਆਹੋ ਹਾਂਜੀ, ਉਹ ਲੱਭ ਰਹੇ ਸੀ, ਲੱਭ ਗਿਆ ਸੀ ਮੈਨੂੰ, ਨੱਕ ਦੇ ਨਾਲ ਗੁਬਾਰਾ ਪਲਾ ਕੇ ਸਮੈਲ ਲੱਗ ਗਈ ਸੀ ਮੈਨੂੰ। ਅੱਛਾ 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 ਅੱਛਾ। ਚੂਹੇ ਫੜਦੇ ਵੀ ਹੋ ਤੇ ਮਾਰਦੇ ਵੀ ਹੋ? ਜੀ ਫੜ ਕੇ ਮਾਰ ਦਿੰਦੇ ਨੇ, ਮੈਂ ਕਿਹੜਾ ਚਾਰ ਦੀ ਬਾਲਟੀ ਚ ਪਾਉਂਦੇ ਨੇ ਉਹ, ਅੱਛਾ ਤੇਲ ਕੱਢਣਾ ਮੈਂ।
अच्छा, ते चूहे फड़दे किवें हो? अगर किसे दे घर चूहा होवे ते की ओ थल्ले सेफ वगैरह दे विच वड़ जांदे हो थल्ले? हां जी, ओ थल्ले हुंदियां ने अलमारियां, उहनां दे थल्ले चूहा वड़ जांदा, जगह बनी हुंदी है स्टोर स्टूर दे थल्ले, ओथे वी वड़ वुड़ जांदे हो या ओ किवें बुलांदे हो? कड लवांगा, तुसीं टेंशन ना लो, टेंशन नहीं कदी मिलाई है, जिन्ना मर्जी हैवी कम होए। ओके ओके, मतलब जिथे भी चूहा होएगा चूहा तुसीं फड़ोगे, भावे थल्ले घुसना पवे ते भावे अलमारी दे थल्ले सुराख च जाना पवे, तुसीं चूहे तक पहुंच जांदे हो। हां जी, ਸਾਡਾ ਮਸਲਾ ਹੈ ਬਸ, ਤੁਸੀਂ ਹੁਕਮ ਕਰਨਾ ਅਸੀਂ ਆ ਜਾਵਾਂਗੇ। ਅਸੀਂ ਨਾਲ ਏਦਾਂ ਨੀ ਨਾ, ਇਹ ਦੱਸਦਾ ਜੀ ਕੰਮ ਕਰਕੇ ਫੇਰ ਪੈਸੇ ਲੈਣੇ ਅਗਲੇ ਕੋਲ, ਅਸੀਂ ਪਹਿਲੇ ਪੈਸੇ ਨੀ ਲਈਦੇ। ਅੱਛਾ, ਚੂਹੇ ਜ਼ਿਆਦਾ ਹੋਣ ਤੇ ਕੋਈ ਰਾਇਤ ਹੋ ਜਾਂਦੀ ਹੈ 100 ਦੀ ਬਜਾਏ? ਨਹੀਂ ਨਹੀਂ ਰਾਇਤ ਨੀ, ਸਾਡੀ ਫਿਕਸ ਰੇਟ ਹੈ 100 ਰੁਪਏ। ਮਤਲਬ 100 ਚੂਹਾ ਹੋਵੇ ਤੇ 100 ਨੂੰ ਜ਼ਰਬ ਦੇ ਦਿਓ, 100 ਚੂਹਾ ਹੋਵੇ ਤੇ 10,000 ਤੇ ਇਹ ਆਪਣਾ ਇਹੋ ਹੀ ਕੰਮ ਹੈ ਕਿ ਹੋਰ ਵੀ ਕੋਈ ਕੰਮ ਵੀ ਹੈਗਾ ਸਹੀ ਵਾਲਾ? ਆਪਣਾ ਇਹ ਕੰਮ ਹੈ, ਆਪਣੇ ਛੋਟੀ ਜਿਹੀ ਪੇਪਰ ਤੋਂ ਦੀ ਫੈਕਟਰੀ ਹੈ, ਛੋਟੀ ਜਿਹੀ ਕਿਰਾਏ ਤੇ। ਅੱਛਾ, ਤੇ ਕੰਮ ਕੋਈ ਨੀ ਜ਼ਿੰਦਗੀ ਚ ਕਰਨਾ, ਚੂਹੇ ਚੂਹੇ ਹੀ ਰਹਿਣਾ? ਆਸਤਾ ਜੀ, 10,000 ਦੀ ਦਿਹਾੜੀ ਲੱਗ ਜਾਂਦੀ ਥੋੜੀ ਹੈ ਚੂਹਿਆਂ ਦੀ, ਕਦੇ 5 ਦੀ ਕਦੇ 10 ਦੀ। ਤੇ ਕਦੀ ਇਹ ਫੀਲਿੰਗ ਨਹੀਂ ਆਈ ਕਿ ਯਾਰ ਚੂਹਿਆਂ ਨਾਲ ਰਹਿ ਰਹਿ ਕੇ ਮੈਂ ਆਪ ਹੀ ਚੂਹਿਆਂ ਚੂਹਿਆਂ ਵਾਲੀ ਫੀਲਿੰਗ ਮਹਿਸੂਸ ਕਰ ਰਹੇ? ਇਹ ਤੁਸੀਂ ਤੇ ਫਿਰ ਜੋ ਕੁਛ ਕਮਾ ਰਹੇ ਹੋ ਤੇ ਕੱਲ ਨੂੰ ਕਿਆਮਤ ਵਾਲੇ ਦਿਨ ਭੁਗਤੋਗੇ ਵੀ, ਉਹ ਚੂਹੇ ਸਾਰੇ ਇਕੱਠੇ ਹੋ ਗਏ ਇਨਸਾਫ਼ ਮੰਗਣ ਦੇ। ਚਲੋ ਉਸਤਾਦ ਜੀ, ਅੱਲਾ ਤੁਹਾਨੂੰ ਹੋਰ ਇੱਜ਼ਤ ਦੇਵੇ, ਤੁਹਾਡੇ ਨਾਲ ਲੋਕ ਬਹੁਤ ਪਿਆਰ ਕਰ ਰਹੇ ਨੇ ਤੇ ਤੁਸੀਂ ਅਖੀਰ ਕੀਤੀ ਹੋਈ ਏ ਤੇ ਪੂਰੇ ਪਾਕਿਸਤਾਨ ਦੇ ਚੂਹੇ ਮਕਾ ਦਿਓ, ਤੇ ਅਸੀਂ ਹਕੂਮਤ ਨੂੰ ਅਪੀਲ ਕਰਨੇ ਆ, ਗੁਜ਼ਾਰਿਸ਼ ਕਰਨੇ ਆ ਤੁਹਾਡੇ ਵੱਲੋਂ ਕਿ ਉਹ ਜਨਾਬ ਤੁਹਾਨੂੰ ਸਦਾਰਤੇ ਚੂਹਾ ਦੇ ਦੇਣ ਔਰ ਕੋਈ ਬਾਜ਼ਾਰ ਤੇ ਚੂਹਾ ਦੇ ਦੇਣ, ਔਰ ਤੁਸੀਂ ਚੂਹਿਆਂ ਦੇ ਵਿੱਚ ਰਹਿਣਾ ਸ਼ੁਰੂ ਕਰ ਦਿਓ ਤੇ ਚੂਹੇ ਚਾਈਨਾ ਭੇਜੋ ਤੇ ਪਾਕਿਸਤਾਨ ਦੇ ਤਮਾਮ ਕਰਜ਼ੇ ਉਤਾਰ ਦਿਓ ਜੀ। ਇਹ ਉਸਤਾਦ ਚੂਹਾ ਮਾਰ ਸਰਕਾਰ ਨੇ ਤੇ ਤੁਸੀਂ ਹਨੇਰੇ ਚੋ, ਤੁਹਾਡੀ ਕੋਈ ਵੀ ਤਸਵੀਰ ਨਹੀਂ ਆ ਰਹੀ, ਕਿੱਥੇ ਹੋ? ਇਹ ਅਗਲੇ ਜਹਾਨ ਤੇ ਨਹੀਂ ਚਲੇ ਗਏ? ਆਪਣਾ ਉਸਤਾਦ ਜੀ ਨਾਜ਼ਰੀਨ, ਇਹ ਵੀਡੀਓ ਕਾਲ ਹੋ ਰਹੀ ਹੈ, ਲੇਕਿਨ ਉਸਤਾਦ ਚੂਹਾ ਮਾਰ ਜੋ ਹੈ, ਉਸਤਾਦ ਕਮਰ ਜੀ, ਉਹ ਇਸ ਵਕਤ ਰਾਤ ਕੇ 12 ਵਜੇ ਕੇ ਕਰੀਬ ਕਾ ਟਾਈਮ ਹੈ ਔਰ ਅਭੀ ਤੱਕ ਚੂਹੇ ਪਕੜੀ ਜਾ ਰਹੇ, ਇਨਕਾ ਸ਼ੌਕ ਦੇਖੇ, ਇਨਕਾ ਜਨੂਨ ਦੇਖੇ, ਤੋ ਉਸਤਾਦ ਜੀ ਥੋੜਾ ਜਿਹਾ ਸਾਹਮਣੇ ਨਹੀਂ ਆ ਸਕਦੇ, ਜ਼ਰਾ ਔੜੀਆਂ ਨੂੰ ਪਤਾ ਲੱਗ ਜਾਏ ਕਿ ਉਸਤਾਦ ਓਰੀਜਨਲ ਨੇ ਔਰ ਚੂਹਾ ਫੜ ਰਹੇ ਨੇ, ਕੋਈ ਥੋੜੀ ਜਿਹੀ ਰੋਸ਼ਨੀ ਕਰ ਲਓ, ਭਾਵੇਂ ਉੱਥੇ ਆਪਣਾ ਮਾਚਸ ਦੀ ਤੀਲੀ ਬਾਲ ਲਓ। ਹਾਂ ਲਓ ਜੀ ਨਾਜ਼ਰੀਨ, ਚੂਹੇ ਕੇ ਪਾਸ ਬੈਠੇ ਹੋਏ ਹੈ ਔਰ ਮੇਰਾ ਤਾਂ ਖਿਆਲ ਹੈ ਕਿ ਸੁਬਹ ਕਾ ਨਾਸ਼ਤਾ ਚੂਹੇ ਕੇ ਸਾਥ ਹੀ ਕਰੇਂਗੇ ਜੋ ਸਿਚੁਏਸ਼ਨ ਹੈ, ਤੋ ਨਾਸ਼ਤਾ ਇਕੱਠੇ ਕਰੋਗੇ? ਆਪ ਵੀ ਸਾਥ ਹੀ ਕਰਨਾ ਮੈਨੇ। ਚਲੋ ਨਾਜ਼ਰੀਨ, ਇਹ ਚੂਕੇ ਚੂਹਾ ਪਕੜ ਰਹੇ ਹੈ, ਵੋ ਨਾ ਹੋ ਕਿ ਇਨਕਾ ਚੂਹਾ ਜੋ ਹੈ ਵੋ ਆਗੇ ਪਿੱਛੇ ਹੋ ਜਾਏ ਔਰ ਇਹ ਬੇਚਾਰੇ ਹਮੇ ਬਦਦੁਆਏ ਦੇ, ਤੋ ਇਨਸੇ ਇਜਾਜ਼ਤ ਲੇਂਗੇ। ਤੋ ਉਸਤਾਦ ਕਮਰ ਸਾਹਿਬ ਜੀਏ, ਜਗ ਜਗ ਜੀਏ, ਅੱਲਾ ਆਪਕੋ ਔਰ ਇੱਜ਼ਤ ਦੇ। ਇਹ ਜੋ ਫੇਕ ਵੀਡੀਓ ਬਣਾ ਰਹੇ ਹੈ, ਆਪਨੇ ਬੰਦ ਕਰਵਾਣੀ ਹੈ, ਠੀਕ ਹੈ ਨਾ? ਨਹੀਂ, ਇਹ ਆਪਣੀ ਮੌਤ ਖੁਦ ਹੀ ਮਰ ਜਾਏਗੇ, ਕਿਉਂਕਿ ਆਪਕੇ ਦੁਸ਼ਮਨ ਜੋ ਹੈ ਨਾ, ਉਹ ਆਪਕੇ ਚਾਹਨੇ ਵਾਲੇ ਹੀ ਉਨਕੋ ਮਾਰ ਮੁਰ ਦੇਗੇ। ਚਲੋ ਠੀਕ ਹੈ, ਜੈਲਸ ਹੋਤੇ ਹੈ, ਜੈਲਸ ਹੋਤੇ ਹੈ, ਆਪਕੀ ਇੱਜ਼ਤ ਸੇ ਜੈਲਸ ਹੋ ਰਹੇ ਹੈ ਨਾ? ਹਾਂ, ਮੇਰੇ ਜੋ ਮੁਝੇ ਅੱਲਾ ਨੇ ਇੱਜ਼ਤ ਦੀ ਹੈ, ਕਿਸੇ ਕੋ ਨਹੀਂ ਦੇਗਾ। ਤੁਸੀਂ ਇੱਜ਼ਤ ਨਾ ਝੋਲੀ ਜੇ ਪਾ ਪੂ ਕੇ ਨਾ, ਤੇ ਜੇਬਾਂ ਜੁਬਾਂ ਚ ਪਾ ਲਓ, ਇਹ ਦੁਸ਼ਮਨ ਹੈਗੇ ਨੇ, ਲੋਕ ਜ਼ਾਲਮ ਹੈਗੇ ਨੇ। ਇਲੈਕਸ਼ਨ ਤੇ ਤੁਹਾਡਾ ਬੰਦ ਹੈ, ਤਾਂ ਕਿ ਜਿੰਨੇ ਚੂਹੇ ਨੇ ਨਾ ਉਹ ਵੋਟ ਤੇ ਕਾਸਟ ਕਰ ਸਕਣ, ਇਲੈਕਸ਼ਨ ਤੁਹਾਡਾ ਬੰਦ ਹੈ। ਲਓ ਜੀ ਨਾਜ਼ਰੀਨ, ਉਸਤਾਦ ਚੂਹਾ ਮਾਰ, ਇਹ ਦੇਖੇ ਜੀ ਓਰੀਜਨਲ ਉਸਤਾਦ ਚੂਹਾ ਮਾਰ ਆ ਗਏ ਹੈ, ਥੋੜੀ ਥੋੜੀ ਇਹਨਾਂ ਨੇ ਮਾਚਸ ਕੀ ਲਾਈਟ ਨਾ ਜਲਾਈ ਹੈ, ਤੋ ਇਹ ਦੇਖੇ ਆਪ, ਇਹ ਓਰੀਜਨਲ ਵਾਲੇ ਉਸਤਾਦ ਚੂਹਾ ਮਾਰ, ਉਸਤਾਦ ਕਮਰ ਹੈ ਔਰ ਚੂਹੇ ਵਾਲੀ ਸਰਕਾਰ, ਔਰ ਚੂਹੀਆਂ ਕੇ ਔਰ ਚੂਹੋਂ ਕੇ ਆਸ਼ਕ ਹੈ, ਔਰ ਬਲਕਿ ਚੂਹੀਆਂ ਕੇ ਆਸ਼ਕ ਹੈ ਔਰ ਚੂਹੋਂ ਕੇ ਨਹੀਂ ਹੈ। ਉਸਤਾਦ ਜੀ, ਆਪਣੇ ਚਾਹਣ ਵਾਲਿਆਂ ਨੂੰ ਜ਼ਰਾ ਕੋਈ ਆਪਣਾ ਜਵਾਬ ਦੇ ਦਿਓ।
ਆਪਣੇ ਚਾਹਣ ਵਾਲਿਆਂ ਨੂੰ ਇਹੀ ਕਹਾਂਗਾ ਕਿ ਮੈਂ ਅਲਮਰੂਫ ਉਸਤਾਦ ਕਮਰ ਚੂਹੇ ਮਾਰਨ ਵਾਲਾ ਕਿਸੇ ਪੇ ਆਪ ਯਕੀਨ ਨਾ ਕਰੇ ਲੋਕ ਮੇਰੀ ਫੇਕ ਵੀਡੀਓ ਬਹੁਤ ਬਣਾ ਰਹੇ ਆਜ ਕੱਲ ਬਹੁਤ ਬੰਦੇ ਮੇਰੇ ਖਿਲਾਫ ਹੈ ਜਬ ਬੰਦਾ ਜਾਤਾ ਹੈ ਨਾ ਉੱਪਰ ਅੱਲਾ ਇੱਜ਼ਤ ਦੇਤਾ ਹੈ ਤਾਂ ਬੰਦੇ ਰੇਸ ਹੋਤੇ ਰੇਸ ਹੋਤੇ ਆਪਨੇ ਪਤਾਨਾ ਨਹੀਂ ਹੈ ਮੈਂ ਵਾਅਦੇ ਕੇ ਮੁਤਾਬਕ ਇਨਸ਼ਾਅੱਲਾ ਤਾਲਾ ਆਪਕੇ ਪਾਸ ਆਊਂਗਾ ਠੀਕ ਹੈ ਨਾ ਅਭੀ ਮੈਂ ਇੰਟਰਵਿਊ ਦੇ ਰਹਾ ਹੂੰ ਤਕਰੀਬਨ ਇੰਟਰਵਿਊ ਚਾਹ ਰਹੇ ਮੈਂ ਕੋਈ 30-40 ਹੋਤੇ ਹੈ ਰੋਜ਼ ਇੰਟਰਵਿਊ ਇਹ ਖਤਮ ਹੋ ਜਾਏ ਫਿਰ ਮੈਂ ਆਪਕੇ ਪਾਸ ਚੂਹੇ ਪਕੜਨ ਆਊਂਗਾ ਅਭੀ ਮੇਰੀ ਆਵਾਜ਼ ਦੇਖ ਲਿਆ ਆਪ ਕਿਸੇ ਪੇ ਆਪ ਯਕੀਨ ਮਤ ਕਰਨਾ ਮਿਹਰਬਾਨੀ ਆਪਕੋ ਸ਼ੇਕ ਵੀਡੀਓ ਦਿਖਾ ਕੇ ਪੈਸੇ ਲੇਂਗੇ ਆਪਸੇ ਪੈਸੇ ਲੇਂਗੇ ਫਿਰ ਆਏਗੇ ਨੀ ਆਪੇ ਮੁਝ ਪੇ ਨਾ ਨਾਮ ਲਗਾਨਾ ਕਿ ਸਟਾਰ ਕਮਨ ਨੇ ਬਤਾਇਆ ਨਹੀਂ ਥਾ ਅੱਛਾ ਉਸਤਾਦ ਜੀ ਇਹ ਦੱਸੋ ਕਿ ਇਹ ਚੂਹੇ ਜਿਹੜੇ ਨੇ ਇਹ ਦਿਨ ਰਾਤ ਫੜਦੇ ਹੋ ਨਹੀਂ ਉਸਤਾਦ ਜੀ ਦਿਨ ਟਾਈਮ ਇੰਟਰਵਿਊ ਰਾਤ ਟਾਈਮ ਚੂਹੇ ਤਕਰੀਬਨ ਮੈਂ ਫੜਦਾ 9 ਵਜੇ ਤੋਂ ਬਾਅਦ ਚੂਹੇ ਫੜਨ ਜਾਈਦਾ ਘਰਾਂ ਚੋਂ ਨਹੀਂ ਇਹ ਕੋਈ ਪਤਾ ਨਹੀਂ ਹੈ ਕਿ ਚੂਹੇ ਨੂੰ ਕਿਸੇ ਚੂਹੇ ਨੇ ਲਵ ਸਟੋਰੀ ਸ਼ੁਰੂ ਹੋ ਜਾਵੇ ਅੱਛਾ ਅੱਛਾ ਤੇ ਉਹ ਸ਼ਾਦੀ ਵਾਲਾ ਜਿਹੜਾ ਤੁਹਾਡਾ ਸੀਨ ਸੀ ਚੂਹੀ ਨਾਲ ਹੋ ਚੁੱਕਿਆ ਮੰਗਣੀ ਸ਼ੰਗਣੀ ਕਿ ਹਾਲੀ ਹੋਣੀ ਹੈ ਮਾਮੂ ਦੀ ਬੇਟੀ ਦੀ ਗੁਸਤਾਖੀ ਕਰ ਗਿਆ ਉਹ ਮੈਂ ਤੁਹਾਡੇ ਸ਼ੌਕ ਤੋਂ ਸਮਝ ਰਿਹਾ ਕਿ ਮੈਂ ਕਿਹਾ ਤੁਸੀਂ ਮਾਮੂ ਦੀ ਬੇਟੀ ਜਿਹੜੀ ਹੈ ਨਾ ਉਹਦੀ ਬਜਾਏ ਤੁਸੀਂ ਕੋਈ ਚੂਹੀ ਚੂਹੀ ਨਾ ਪਸੰਦ ਕੀਤੀ ਹੋਵੇ